ਏ ਆਕਾਸ਼ਵਾਣੀ ਜੰਮੂ ਹੈ ਉਨ ਤੋਂ ਵਿਦੇ ਬਟਾਟ ਕੋ ਲਖਬਰਾ ਸੁਨੋ ਗ੍ਰਹਿ ਮੰਤਰੀ ਅਮਿਤ ਸ਼ੌਰ ਨੇ ਆਖਿਆ ਜੇ ਕੋਵਿਡ-19 ਖਿਲਾਫ ਲੜਾਈ ਸਰਕਾਰ ਦੀ ਪਹਿਲੀ ਪ੍ਰਾਥਮਿਕਤਾ ਹੈ ਇੱਕ ਟੀਵੀ ਚੈਨਲ ਕਨੇ ਇੰਟਰਵਿਊ ਦੌਰਾਨ ਸ਼੍ਰੀ ਸ਼ੌਰ ਨੇ ਆਖਿਆ ਜਿਪਾਰਤ ਨੇ ਅਜੇ ਤੱਕ ਕਰੋਨਾ ਵਾਇਰਸ ਮਹਾਮਾਰੀ ਕਨੇ ਬੜੀ ਖਰੀ ਚਾਲੀ ਨਿਪੜਿਆ ਤੇ ਮੁਲਕ ਇਸ ਮਹਾਮਾਰੀ ਦੀ ਦੂਈ ਲਹਿਰ ਕਨੇ ਨਿਪੜਨ ਲਈ ਮਈ ਮਹੀਨੇ ਦੇ ਸ਼ੁਰੂ ਤੋਂ ਮਾ ਖਰੀ ਸਥਿਤੀ ਚਾ ਜਾਗ ਉਨਿ ਆਖਿਆ ਜਿਪਾਰਤ ਚ ਆਬਾਦੀ ਦੇ ਸਾਬ ਹੈ ਲੱਗਿਆ ਥਮ ਨਰੋਇਨ ਯਾਲਨ ਦੀ ਦਰ ਖਰੀ ਦਿਖਨੇ ਲੱਪੀ ਹੈ ਸ਼੍ਰੀ ਸ਼ਾਉਰ ਨੇ ਇੱਬੀ ਆਖਿਆ ਜੇ ਕੋਵਿਡ-19 ਮਹਾਮਾਰੀ ਦੀ ਦੂਈ ਲੜ ਦੁਨੀਆ ਪਰ ਅਦੇ ਤਕਰੀਬਨ ਸਭ ਨੇ ਕੇ ਮੁਲਕਾਂ ਚ ਟਾਈ ਥਮਾ ਤਰੇ ਗੁਣਾ ਮਤੀ ਗੰਭੀਰ ਹੈ ਰਾਸ਼ਟ੍ਰ ਵਿਆਪੀ ਸਤਰ ਉਪਰ ਲਾਕਡਾਊਨ ਥਮਾ ਇਨਕਾਰ ਕਰਦੀ ਹੋਈ ਗ੍ਰਹਿ ਮੰਤਰੀ ਉਰ ਆਂਖਿਆ ਜੇ ਇਹ ਰਾਜਾਂ ਲਈ ਬਿਹਤਰ ਰੋਗ ਜਿਓ ਪਾਬੰਦੀਆਂ ਬਾਰੇ ਆਪ ਨੂੰ ਕੋਈ ਫੈਸਲਾ ਲੈਣ ਉਹਨੇ ਇੱਬੀ ਆਖਿਆ ਜੇ ਕੇਂਦਰ ਸਰਕਾਰ ਨੇ ਪਿਛਲੇ ਬਰੇ ਦਿ ਰਾਸ਼ਟ੍ਰ ਵਿਆਪੀ ਲਾਕਡਾਊਨ ਦੇ ਮਗਰਾ ਕੋਵਿਡ ਮਹਾਮਾਰੀ ਕਰਨ ਨਿਭਣ ਲਈ ਲੋੜ ਚ ਡਾਟਾਂਚਾ ਤਿਆਰ ਕਰਿ ਲਿਆ ਦਿੱਤਾ ਹੈ ਰੇਲਵੇ ਮੁਲਕ ਪਰ ਅਜ ਬਕ ਬਕ ਰਾਜੇਂ ਦੀਏ ਮੰਗੇ ਮੁਜਬ ਕਰੋਨਾ ਦੇ ਮਰੀਜ਼ਾਂ ਕੀ ਨਵੇਕਲੇ ਰੱਖਣੇ ਹਾਸਤੇ 3 ਲੱਖ ਆਈਸੋਲੇਸ਼ਨ ਬਿਸਤਰੀ ਉਪਲਬਧ ਕਰਵਾਈ ਸਕਦਾ ਹੈ ਰੇਲ ਮੰਤਰੀ ਪਿਊਸ਼ ਗੋਇਲੋ ਨੇ ਇੱਕ ਟਵੀਟ ਸਨੇਚ ਦਸਿਆ ਜੀ ਸ਼ਕੂਰ ਬਸਤੀ ਵਾਲੇ ਰੇਲਵੇ ਸਟੇਸ਼ਨ ਪਰ 800 ਬਿਸਤਰੀਆਂ ਵਾਲੇ ਰੇਲ ਦੇ 50 ਕੋਚ ਤਿਆਰਨ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲੋ ਨੇ ਦੱਸਿਆ ਜੇ ਰੇਲ ਵਿਭਾਗ ਨੇ ਓਕੜੇ ਰਾਜਾਂ ਦੇ ਮੁੱਖ ਸਚਿਵੰਗੀ ਚਿੱਠੀ ਲਿਖੀ ਦੀ ਕਿ ਜਿੱਥੇ ਇਹ ਕੋਚ ਲਾਇਆ ਜਾਏ ਸਕਦੇ ਹਨ ਉਹਨਿਆਂ ਆਖਿਆ ਜੇ ਰੇਲਵੇ ਦੇ ਇਹਨੇ ਕੋਚਾਂ ਕੀ ਕੋਵਿਡ ਤੋਂ ਮਾਪ ਪ੍ਰਭਾਵਿਤ ਲੋਕ ਕੇ ਨੇ ਨਵੇਂ ਕਲੇ ਰਾਵਣੀ ਹਸਤੇ ਇਸਤੇਮਾਲ ਕੀਤਾ ਜਾ ਸਕਦਾ ਹੈ ਉਹਨਿਆਂ ਆਖਿਆ ਜੇਕਰ ਕਿਸੇ ਰਾਜ ਕੀ ਸਰਬੰਧਾ ਚ ਜ਼ਰੂਰਤ ਪਉਂਦੀ ਹੈ ਤਾਂ ਉਹ ਰੇਲਵੇ ਕਨੇ ਰਾਬਤਾ ਕਰੀ ਸਕਦਾ ਹੈ मुल्ख भर अजें तर कोविड शा बचा बारह करोड़ ठत्ती लख बवंजा हजार पांच सौ छियाहठ टीके लाए जा चुके हैं इंद चा दस करोड़ तहत्तर लख कत्र हजार सत सौ सत्तर लाभार्थियों टीका जल करोड़ चौंठ लख अस्सी हजार सत्त सौ छियानवे लाभार्थियों दुआ टीका लाया है पिछले चौवि घंटे के दौरान मुल्क भर बारह लख ती हजार की टीके लाए गए तोई केन्द्र शासित प्रदेश जम्मू कश्मीर चें तर कोविड शा बचा सोलह लख बजार एक सौ टीके लाए जा चुके हैं ప్రధాన ਵਿਗਿਆਨਿਕ ਸਲਾਹਕਾਰ ਕੇ ਵਿਜੇ ਰਾਘਵਨ ਉਰਿਆਖੇ ਜੇ ਕਰੋਨਾ ਥਮਗ੍ਰਸਤ ਮਰੀਜ਼ੇ ਕੀ ਦਿੱਤੀ ਜਾਣੇ ਵਾਲੀ ਰੈਮ ਡੀ ਜ਼ਿਵੀਅਰ ਦਵਾਈ ਛੜੀ ਡਾਕਟਰ ਦੀ ਸਲਾਹ ਮਗਰਾ ਗੇ ਲਾਤੀ ਜਾਣੀ ਲੋਟ ਚ ਦੀ ਹੈ ਇੱਕ ਟਵੀਟ ਸਨੇ ਚ ਰਾਘਵਨ ਉਰਿਆਖੇ ਜੇ ਇਹ ਦਵਾਈ ਕੋਵਿਡ 19 ਦਾ ਇਲਾਜ ਨਹੀਂ ਹੈ ਸਗੋਂ ਇਹ ਹਸਪਤਾਲਿਆ ਚ ਰოვნੀ ਦੀ ਅਵਧੀ ਕਿਛ ਦਿਨ ਗੈ ਛੜੀ ਕਟਾਈ ਸਕਦੀ ਹੈ ਉਹਨੇ ਲੋਕਾਂ ਕੀ ਅਪੀਲ ਕੀਤੀ ਜਿਓ ਆਪਣੇ ਡਾਕਟਰਾਂ ਦੀ ਗੱਲ ਮੰਨਨ ਤੇ ਆਪੂ ਰੈਮ ਡੀ ਜ਼ਿਵੀਅਰ ਦੀ ਸਲਾਹ ਦੇਨੇ ਵਾਸਤੇ ਆਪਣੇ ਡਾਕਟਰਾਂ ਉਪਰ ਦਬਾਅ ਵੀ ਨਹੀਂ ਪਾਣ ਇੰਦਰਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਕੱਲ ਨਵਲ ਕਰੋਨਾ ਵਾਇਰਸ ਦੇ 1526 ਨਵੇਂ ਮਾਮਲੇ ਦਰਜ ਕੀਤੇ ਗਏ ਇਨਹੇ ਕਿ ਰਲਾਈਏ ਪ੍ਰਦੇਸ਼ 'ਚ ਅਜੇ ਤੱਕ ਸਾਹਮਣੇ ਆਏ ਗਏ ਕਰੋਨਾ ਵਾਇਰਸ ਦੇ ਕੁੱਲ ਮਾਮਲੇ ਦੀ ਗਿਣਤੀ ਵਧੀ ਹੈ 140692 ਹੋ ਗਈ ਹੈ ਇੰਤਜਾ 11000 467 ਐਕਟਿਵ ਪੋਜ਼ਿਟਿਵ ਮਾਮਲਿਆਂ ਜਿਸ ਲੇਕੇ ਅਜੰਤਾਕਰ 2000 ਤੋਂ ਜਨਮ ਦੀ ਮੌਤ ਵੀ ਹੋਈ ਕਿ ਦਿੱਕ ਹੈ ਤਾਂ ਅਹੀਂ ਮੁਲਕ ਪਰ ਅਜ ਕੋਵਿਡ ਥਮਾ ਠੀਕੋ ਨੇ ਆਲੇ ਦੀ ਦਰ 86% ਹੈ ਦੇਸ਼ਾ ਚ ਅਜੰਤਾਕਰ 1 ਕਰੋੜ 29 ਲੱਖ 53801 ਲੋਕ ਇਸ ਮਹਾਮਾਰੀ ਥਮਾ ਠੀਕੋ ਹੀ ਗਏ ਨੇ ਪਿਛਲੇ 24 ਘੰਟੇ ਦੇ ਦਰਾਨ ਮੁਲਕ ਪਰ ਅਜ 1619 ਲੋਕਾਂ ਦੀ ਮੌਤ ਵੀ ਹੋਈ ਹੈ ਜਿਨੇ ਕੀ ਮਿਲਾਈ ਹੈ ਅਜੰਤਾਕਰ ਮਹਾਮਾਰੀ ਕਾਰਨ ਜਾਨਵਾਨਾਂ ਦੀ ਗਿਣਤੀ ਵਧੀ ਹੈ 178769 ਤਕਰ ਜੈਪੁਰ ਜੀ ਹੈ ਤੁਹਾਹੀਂ ਪਿਛਲੇ 24 ਘੰਟਿਆਂ ਦੇ ਦੌਰਾਨ 2,73,810 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ। ਤੁਹਾਹੀਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਪਾਸੇ ਅੱਜ ਕੱਲ ਮੀਡੀਆ ਲਈ ਜਾਰੀ ਕੀਤੇ ਗਏ ਬੁਲੇਟਿਨ ਮੁਜਬ ਪ੍ਰਦੇਸ਼ ਚ ਇਹਲਾ 2,372 ਕੋਵਿਡ ਬਿਸਤਰੇ ਉਪਲਬਧ ਹਨ। ਰਜੋਰੀ ਥਮਾ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਸਦੱਸਿਆਂ ਦੇ ਇੱਕ ਡੈਲੀਗੇਸ਼ਨ ਹੈ ਕੱਲ ਰਾਜ ਭਵਨ ਜੰਮੂ ਜਾਈਏ ਲੈਫਟੀਨੈਂਟ ਗਵਰਨਰ ਮਨੋਜ ਸਿਨਾ ਹੁੰਦੇ ਨੇ ਮਲਾਟੀ ਕੀਤੀ ਇਸ ਮੌਕੇ ਉਹਨੇ ਆਪਣੇ ਮਸਲੇ ਤੇ ਮੰਗੀਆਂ ਲਈ ਇੱਕ ਗਿਆਪਨ ਵੀ ਉਹਨੇ ਕੀ ਸੌਂਪਿਆ ਡੀਡੀਸੀ ਮੈਂਬਰਾਂ ਦੇ ਡੈਲੀਗੇਸ਼ਨ ਕਰਨੇ ਗੱਲਬਾਤ ਕਰਦੀ ਹੋਈ ਲੈਫਟੀਨੈਂਟ ਗਵਰਨਰ ਉਹਨੇ ਗਲਾਇਆ ਜੇ ਪ੍ਰਦੇਸ਼ ਚ ਪਹਿਲੀ ਵਾਰੀ ਜ਼ਿਲ੍ਹਾ ਵਿਕਾਸ ਕਾਉਂਸਲਾਂ ਦੇ ਗਠਨ ਪ੍ਰੰਤ ਪਲਿਆਂ ਏਟਲੀ ਸਤਾ ਉਪਰ ਲੋਕਤੰਤਰਿਕ ਢਾਂਚੇ ਦੀ ਵਿਕਾਸ ਯੋਜਨਾ ਤਿਆਰ ਕਰਨੇ ਦੇ ਕੰਮਾਂ ਚ ਜੋੜਿਆ ਜਾਂਦਾ ਹੈ ਉਨੇਪੀਆ ਕੱਜੇ ਜ਼ਿਲ੍ਹਾ ਯੋਜਨਾ ਲਈ 12599 ਕਰੋੜ ਰੁਪਏ ਦਾ ਬਜਟ ਪੱਖ ਰੱਖਿਆ ਗਿਆ ਹੈ ਇਸ ਸੱਚ ਲਈ ਰਜੋਰੀਥਮ ਬਖ ਬਖ ਸਿਆਸੀ ਲੀਡਰ ਅਤੇ ਇਸਲਾਮਿਕ ਵੈਲਫੇਅਰ ਆਰਗੇਨਾਈਜੇਸ਼ਨ ਦੇ ਇੱਕ ਡੈਲੀਗੇਸ਼ਨ ਨੇ ਵੀ ਲੈਫਟਨੈਂਟ ਗਵਰਨਰ ਨੂੰ ਮਲਾਟੀ ਕਰੀਏ ਉਨ੍ਹਾਂ ਕੀ ਆਪਣੇ ਮਸਲੇ ਬਾਰੇ ਅਫਗਤ ਕਰਵਾਇਆ ਲੈਫਟਨੈਂਟ ਗਵਰਨਰ ਹੋ ਨੇ ਉਨ੍ਹਾਂ ਕੀ ਯਕੀਨ ਦਵਾਇਆ ਜੀ ਹੁੰਦੀਆਂ ਸਭ ਨੇ ਜਾਇਜ਼ ਮੰਗੀਆਂ ਪਰ ਪੱਕ ਗੈ ਗੌਰ ਕੀਤਾ ਜਾਗ ਤੁਹੀਂ ਸੈਨਿਕ ਵੈਲਫੇਅਰ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਗੁਰਮੀਤ ਸਿੰਘ ਸ਼ਾਨੂ ਨੇ ਵੀ ਲੈਫਟ-ਗਵਰਨਰ ਨੂੰ ਦਿਲਮਲਾਟੀ ਕੀਤੀ ਤੇ ਉਹਨੇ ਕਿ ਸੈਨਿਕ ਵੈਲਫੇਅਰ ਵਿਭਾਗ ਪਾਸਿਆ ਆਯੋਜਿਤ ਕੀਤੀ ਜਾਣੀ ਵਾਲੀ ਬਖਬਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਲੈਫਟ-ਗਵਰਨਰ ਹੋਰਿਓ ਨੇ ਗਿਆਖਿਆ ਜਿਓ ਸਾਫ ਕਾ ਫੌਜੀਏ ਵੀਰ ਨਾਰੀਏ ਤੇ ਉਹਨਦੇ ਪਰਿਵਾਰਾਂ ਦੇ ਸਦਸਿਆਂ ਦੇ ਕਲਿਆਣ ਵਾਸਤੇ ਆਪਣੇ ਜਤਨੇ ਗਿਆਗੇ ਵੀ ਬਰੋਬਰ ਜਾਰੀ ਰੱਖਣ ਜੰਮੂ ਪੁਣਚ ਸੰਸਦ ਮੈਂ ਅਲਕੇਤ ਮਾਨ ਸੰਸਦ ਜੁਗਲ ਕਿਸ਼ੋਰ ਸ਼ਰਮਾ ਨੇ ਕੱਲ ਸਾਂਬਾ ਅਲਕੇ ਦੇ ਸੁਪਵਾਲ ਗ੍ਰਾਂਧਾ ਦੌਰਾ ਲਾਇਆ ਤੇ ਉੱਥੇ ਕਈ ਕੰਮਾਂ ਦੀ ਸ਼ੁਰੂਆਤ ਕਰਵਾਈ ਜ਼ਿਲ੍ਹਾ ਵਿਕਾਸ ਕਾਉਂਸਲ ਦੇ ਚੇਅਰਮੈਨ ਰਮੇਸ਼ ਚੰਦਰ ਉਹ 20 ਮੌਕੇ ਉਂਦੇ ਕੰਨੇ ਹੀ ਇਸ ਮੌਕੇ ਉਨੇ ਸੰਸਦ ਮੁਕਾਮੀ ਇਲਾਕਾ ਵਿਕਾਸ ਸਕੀਮ ਦੇ ਤਹਿਤ ਤਿਆਰ ਸ਼ਨਾਣ ਘਾਟ ਦਾ ਉਦਘਾਟਨ ਕੀਤਾ ਇਸ ਮੌਕੇ ਮੌਜੂਦ ਕਿੱਠਾ ਕੀ ਸੰਬੋਧਿਤ ਕਰਦੀ ਹੋਈ ਜੁਗਲ ਕਿਸ਼ੋਰੋ ਨੇ ਲੋਕਾਂ ਕੀ ਉਂਦੀ ਸਿਰਕੀ ਮੰਗ ਦੇ ਪੂਰਾ ਹੋਣੇ ਪਰ ਮੁਬਾਰਕਬਾਦ ਦਿੱਤੀ ਬੇਰੋਜ਼ਗਾਰ ਨੌਜਵਾਨਾਂ ਦੇ ਅੰਦਰ ਉਨਰ ਵਿਕਾਸ ਰਾਏ ਸਮਰੱਥਾ ਚ ਬਾਦਾ ਕਰਨੇ ਤੇ ਕਮਰੋਜ਼ਗਾਰ ਦੇ ਮਤੇ ਮੌਕੇ ਉਨਦੇ ਲਈ ਪੈਦਾ ਕਰਨੇ ਦੇ ਮਕਸਦ ਕਰਨੇ ਭਾਰਤੀ ਫੌਜ ਨੇ ਰਾਸ਼ਟਰੀ ਉਨਰ ਵਿਕਾਸ ਨਿਗਮ ਐਨਐਸਡੀਸੀ ਦੇ ਸਹਿਯੋਗ ਕਰਨੇ ਪੁஞ்ச ਜ਼ਿਲ੍ਹੇ ਦੇ ਸੁਰਨਕੋਟੀ ਇਲਾਕੇ ਚ 13 ਜਨਵਰੀ ਕੋਲਾ ਲਈਏ 17 ਅਪ੍ਰੈਲ ਤੋਂ ਦੀ ਮੋਬਾਈਲ ਫੋਨ ਮਰਮਤ ਕਰਨੇ ਦੀ ਸਿਖਲਾਈ ਲਈ ਇੱਕ ਕੈਂਪ ਦਾ ਸਿਰਜਤਾ ਕੀਤਾ ਇਸ ਕੈਂਪ ਚ ਮਕਾਮੀ ਨੌਜਵਾਨਾਂ ਦੀ ਬਖ ਬਖ ਕਿਸਮ ਦੇ ਮੋਬਾਈਲ ਮਰਮਤ ਕਰਨੇ ਦੀ ਸਿਖਲਾਈ ਦਿੱਤੀ ਗਈ ਜਿਦੇ ਚ ਨੌਜਵਾਨਾਂ ਨੇ ਵੀ ਬਦੀ ਚੜੀਏ ਆਪਣੀ ਦਿਲਚਸਪੀ ਦੱਸੀ ਇਹ ਦੇਖਣੇਗੇ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋ ਗਿਆ